ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਹੁਣੇ-ਹੁਣੇ ਪ੍ਰੈਸ ਵਾਰਤਾ ਕਰਦਿਆਂ ਹੋਇਆਂ ਝਾਰਖੰਡ, ਮਹਾਰਾਸ਼ਟਰ ਦੇ ਨਾਲ-ਨਾਲ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ। ਜਾਣਕਾਰੀ ਦੇ ਦਿੰਦੇ ਆ ਕਿ ਮਹਾਰਾਸ਼ਟਰ ਦੇ ਵਿੱਚ 1% ਦੇ ਵਿੱਚ ਵੋਟਾਂ ਹੋਣੀਆਂ ਜਦਕਿ ਝਾਰਖੰਡ ਦੇ ਵਿੱਚ 2% ਦੇ ਵਿੱਚ ਵੋਟਾਂ ਹੋਣਗੀਆਂ। तो इन्हां दी जे तरीक की गल की जाए तो महाराष्ट्र दियां जिहड़ियां 288 सीटां ने उन्हां ते 20 नवंबर नूं चोण करवाई जानी है। उस तो बाद 23 नवंबर नूं जिहड़े नतीजे आ ओह ऐलाने जाने है। झारखंड दे विच 81 कुल सीटां ने जिस दे विच 2 गेड़ां दे विच चोण करवाई जानी है। पहला गेड़ 13 नवंबर नूं होएगा तो उस तो बाद दे विच दूजा गेड़ महाराष्ट्र दे नाल ही 20 नवंबर नूं रहण वाला है ते 23 नवंबर नूं नतीजे आ जिहड़े ओह इकट्ठे ਐਲਾਨੇ ਜਾਣਗੇ। ਇਸ ਦੇ ਨਾਲ ਹੀ ਜੇ ਪੰਜਾਬ ਦੀਆਂ 4 ਜ਼ਿਮਨੀ ਚੋਣਾਂ ਦੀ ਗੱਲ ਕਰ ਲਈਏ ਤਾਂ ਚੱਬੇਵਾਲ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਤੇ ਬਰਨਾਲਾ ਇਹਨਾਂ ਦੀਆਂ ਤਰੀਕਾਂ ਦਾ ਵੀ ਨਾਲ ਹੀ ਐਲਾਨ ਕਰ ਦਿੱਤਾ ਗਿਆ ਹੈ। 13 ਨਵੰਬਰ ਨੂੰ ਜਿਹੜਾ ਇੱਥੇ 4 ਸੀਟਾਂ ਦੇ ਉੱਤੇ ਚੋਣ ਹੋਣੀ ਹੈ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਨਤੀਜੇ ਹੈ ਉਹ ਮਹਾਰਾਸ਼ਟਰ ਤੇ ਝਾਰਖੰਡ ਦੇ ਨਾਲ 23 नवंबर ਨੂੰ ਐਲਾਨੇ ਜਾਣਗੇ। ਇਹ ਜਿਹੜੀਆਂ 4 ਸੀਟਾਂ ਨੇ ਪੰਜਾਬ ਦੀ ਸਿਆਸਤ ਦੇ ਲਈ ਬੜੀਆਂ ਮਹੱਤਵਪੂਰਨ ਹੈ। ਜੇਕਰ ਬਰਨਾਲਾ ਸੀਟ ਦੀ ਗੱਲ ਕਰ ਲਈਏ ਤਾਂ ਉੱਥੇ ਗੁਰਮੀਤ ਸਿੰਘ मीतहड़ ਕੈਬਨਿਟ ਮੰਤਰੀ ਵੀ ਰਹੇ, ਉਸ ਤੋਂ ਇਲਾਵਾ ਉੱਥੋਂ ਵਿਧਾਇਕ ਵੀ ਸੀ ਤੇ ਜਦੋਂ ਐਮਪੀਸ਼ਿਪ ਦੀਆਂ ਚੋਣਾਂ ਉਹਨਾਂ ਦੇ ਵੱਲੋਂ ਲੜੀਆਂ ਜਾਂਦੀਆਂ ਬਰਨਾਲਾ ਤੋਂ ਸੰਗਰੂਰ ਤੋਂ ਉਹਨਾਂ ਦੇ ਵੱਲੋਂ ਜਦੋਂ ਐਮਪੀ ਦੀਆਂ ਚੋਣਾਂ ਲੜੀਆਂ ਜਾਂਦੀਆਂ ਨੇ ਫਿਰ ਜਿੱਤ ਕੇ ਉਹ ਤੇ ਐਮਪੀ ਬਣ ਜਾਂਦੇ ਆ ਪਰ ਬਾਅਦ ਦੇ ਵਿੱਚ ਜਿਹੜੀ ਬਰਨਾਲੇ ਵਾਲੀ ਸੀਟ ਹੈ ਉਹ ਖਾਲੀ ਹੋ ਜਾਂਦੀ ਹੈ। ਹਾਲਾਂਕਿ ਇੱਕ ਇਹ ਰੂਲ ਹੈ ਕਿ 6 ਮਹੀਨੇ ਦੇ ਅੰਦਰ ਅੰਦਰ ਸੀਟ ਖਾਲੀ ਹੋਣ ਤੋਂ ਬਾਅਦ 6 ਮਹੀਨੇ ਦੇ ਅੰਦਰ ਅੰਦਰ ਜਿਹੜੀ ਚੋਣ ਕਰਵਾਈ ਜਾਣੀ ਜ਼ਰੂਰੀ ਹੋ ਜਾਂਦੀ ਹੈ। ਹਾਲਾਂਕਿ 5 ਮਹੀਨਿਆਂ ਦਾ ਸਮਾਂ ਹੈ ਜਿਹੜਾ ਉਹ ਤੇ ਹੋ ਚੁੱਕਿਆ ਹੈ ਤੇ ਇਸ ਦੇ ਨਾਲ ਹੀ ਲੰਮੇ ਸਮੇਂ ਤੋਂ ਕਿਆਫੇ ਲਗਾਏ ਜਾ ਰਹੇ ਸੀ ਕਿ ਜਲਦੀ ਹੀ ਇਹਨਾਂ ਦੀਆਂ ਤਰੀਕਾਂ ਦਾ ਐਲਾਨ ਹੋ ਸਕਦਾ। ਤਾਂ ਫਿਰ ਹੁਣ ਬਰਨਾਲੇ ਦੀ ਪਾਰਟਿਕੂਲਰ ਗੱਲ ਕਰ ਰਹੇ ਹਾਂ ਤਾਂ ਬਰਨਾਲੇ ਤੋਂ ਜਦੋਂ ਐਮਪੀ ਬਣ ਜਾਂਦੇ ਨੇ ਗੁਰਮੀਤ ਸਿੰਘ मीतहड़ ਹੈ ਤਾਂ ਫਿਰ ਉਹ ਸੀਟ ਖਾਲੀ ਹੋ ਜਾਂਦੀ ਹੈ ਤੇ ਹੁਣ ਉੱਥੇ ਤਕੜੀ ਟੱਕਰ ਵੇਖਣ ਨੂੰ ਮਿਲੇਗੀ। ਉਸ ਤੋਂ ਬਾਅਦ ਵਿੱਚ ਚੱਬੇਵਾਲ ਦੀ ਗੱਲ ਕਰ ਲਈਏ, ਰਾਜਕੁਮਾਰ ਚੱਬੇਵਾਲ ਉੱਥੋਂ ਜਿੱਤ ਕੇ ਐਮਪੀ ਬਣ ਜਾਂਦੇ ਆ, ਪਹਿਲਾਂ ਵਿਧਾਇਕ ਹੁੰਦੇ ਨੇ ਤਾਂ ਫਿਰ ਉਹਨਾਂ ਦੇ ਐਮਪੀ ਬਣਨ ਤੋਂ ਬਾਅਦ ਦੇ ਵਿੱਚ ਚੱਬੇਵਾਲ ਸੀਟ ਹੈ ਜਿਹੜੀ ਉਹ ਵੀ ਖਾਲੀ ਹੋ ਜਾਂਦੀ ਹੈ। ਸੁਖਜਿੰਦਰ ਰੰਧਾਵਾ ਦੀ ਗੱਲ ਕਰ ਲਈਏ ਤਾਂ ਉਹ ਡੇਰਾ ਬਾਬਾ ਨਾਨਕ ਤੋਂ ਜਿਹੜਾ ਪਹਿਲਾਂ ਵਿਧਾਇਕ ਸਨ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਜਦੋਂ ਐਮਪੀ ਦੀ ਚੋਣ ਜਿੱਤੀ ਤਾਂ ਬਾਅਦ ਦੇ ਵਿੱਚ ਇਹ ਸੀਟ ਵੀ ਖਾਲੀ ਹੋ ਗਈ ਤੇ ਗਿੱਦੜਬਾਹਾ ਸਭ ਤੋਂ ਜ਼ਿਆਦਾ ਹਾਈਲਾਈਟ ਦੇ ਵਿੱਚ ਰਿਹਾ ਇਹ ਹਲਕਾ ਕਿਉਂਕਿ ਇੱਥੋਂ ਅਮਰਿੰਦਰ ਸਿੰਘ ਰਾਜਾ ਬਣੇਗਾ, ਉਹਨਾਂ ਦੀ ਕੜੀ ਟੱਕਰ ਸੀ। ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪਰਿਵਾਰ ਦਾ ਵੀ ਇਹ ਗੜ ਮੰਨਿਆ ਜਾਂਦਾ ਹੈ ਤੇ ਦੂਸਰੇ ਪਾਸੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਬਣੇਗੇ ਜਿਹੜੇ ਮੌਜੂਦਾ ਪ੍ਰਧਾਨ ਵੀ ਨੇ ਤੇ ਲੁਧਿਆਣੇ ਤੋਂ ਐਮਪੀ ਵੀ ਨੇ। ਉਹ ਇੱਥੋਂ ਜਦੋਂ ਐਮਪੀ ਦੀ ਚੋਣ ਲੜਦੇ ਆ ਤਾਂ ਫਿਰ ਉਹ ਰਵਨੀਤ ਬਿੱਟੂ ਨੂੰ ਹਰਾ ਕੇ ਲੁਧਿਆਣੇ ਤੋਂ ਐਮਪੀ ਬਣ ਜਾਂਦੇ ਆ ਪਰ ਇਹ ਸੀਟ ਆ ਜਿਹੜੀ ਉਸ ਤੋਂ ਬਾਅਦ ਦੇ ਵਿੱਚ ਖਾਲੀ ਹੋ ਜਾਂਦੀ ਹੈ। ਸੋ ਇਸ ਤਰੀਕੇ ਦੇ ਨਾਲ ਇਹ ਚਾਰੇ ਜਿਹੜੀਆਂ ਸੀਟਾਂ ਨੇ ਖਾਲੀਆਂ ਹੋਈਆਂ ਸੀ ਇਹਨਾਂ ਦੇ ਉੱਤੇ ਲੰਮੇ ਸਮੇਂ ਤੋਂ ਜ਼ਿਮਨੀ ਚੋਣ ਦੀ ਜਿਹੜੀ ਹੈ ਉਹ ਮੰਗ ਕੀਤੀ ਜਾ ਰਹੀ ਸੀ ਤੇ ਹੁਣ ਅੱਜ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਪੰਚਾਇਤੀ ਚੋਣਾਂ ਵਾਲਾ ਕੰਮ ਨਿਬੜਿਆ ਤਾਂ ਇੱਕ ਹੋਰ ਚੋਣਾਂ ਦਾ ਐਲਾਨ ਆ ਜਿਹੜਾ ਉਹ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ 13 ਤਰੀਕ ਨੂੰ ਇਹਨਾਂ 4 ਸੀਟਾਂ ਦੇ ਉੱਤੇ ਜ਼ਿਮਨੀ ਚੋਣਾਂ ਹੋਣੀਆਂ ਨੇ। 23 ਤਰੀਕ ਨੂੰ ਨਤੀਜੇ ਆਉਣਗੇ। ਉਸ ਤੋਂ ਇਲਾਵਾ ਮਹਾਰਾਸ਼ਟਰ ਦੀ ਤੇ ਝਾਰਖੰਡ ਦੀ ਇੱਕ ਵਾਰ ਫਿਰ ਤੋਂ ਜਾਣਕਾਰੀ ਦੇ ਦਈਏ ਕਿ ਮਹਾਰਾਸ਼ਟਰ ਦੇ ਵਿੱਚ 288 ਕੁੱਲ ਸੀਟਾਂ ਨੇ ਜਿਨ੍ਹਾਂ ਦੇ ਉੱਤੇ 20 ਨਵੰਬਰ ਨੂੰ ਚੋਣ ਕਰਵਾਈ ਜਾਣੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ 23 ਨਵੰਬਰ ਨੂੰ ਉੱਥੇ ਨਤੀਜੇ ਆ ਜਿਹੜੇ ਉਹ ਐਲਾਨੇ ਜਾਣਗੇ ਤੇ ਇਸ ਤੋਂ ਇਲਾਵਾ ਝਾਰਖੰਡ ਦੇ ਵਿੱਚ 81 ਸੀਟਾਂ ਦੇ ਉੱਤੇ 2 ਫੇਜ਼ਸ ਦੇ ਵਿੱਚ ਚੋਣ ਹੋਏਗੀ। ਪਹਿਲਾ ਗੇੜ ਆ ਜਿਹੜਾ ਉਹ 13 ਨਵੰਬਰ ਨੂੰ ਰਹਿਣ ਵਾਲਾ ਤੇ ਦੂਸਰਾ ਮਹਾਰਾਸ਼ਟਰ ਦੇ ਨਾਲ ਹੀ 20 ਨਵੰਬਰ ਨੂੰ ਰਹੇਗਾ। 23 ਨਵੰਬਰ ਨੂੰ ਜਿਹੜੀਆਂ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨ ਜਾਣਿਆ ਤੇ ਇਸ ਦੇ ਨਾਲ ही 13 ਨਵੰਬਰ ਨੂੰ ਪੰਜਾਬ ਦੇ ਵਿੱਚ ਇਹਨਾਂ 4 ਸੀਟਾਂ ਦੇ ਉੱਤੇ ਚੋਣ ਹੋਏਗੀ ਤੇ 23 ਨਵੰਬਰ ਨੂੰ ਇਹਨਾਂ 4 ਸੀਟਾਂ ਦੇ ਜਿਹੜੇ ਨਤੀਜੇ ਆ ਉਹ ਮਹਾਰਾਸ਼ਟਰ ਤੇ ਝਾਰਖੰਡ ਦੇ ਨਾਲ ਐਲਾਨ ਦਿੱਤੇ ਜਾਣਗੇ।